ਮੋਗਾ ਪੁਲਿਸ ਨੇ ਉਸ ਵੇਲੇ ਵੱਡੀ ਸਫਲਤਾ ਹਾਸਲ ਕੀਤੀ ਜਦੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਚੋਰੀ ਦੇ 7 ਮੋਟਰਸਾਈਕਲ ਬਰਾਮਦ ਕੀਤੇ ਗਏ। ਮੋਗਾ ਜ਼ਿਲ੍ਹੇ ਦੇ SSP ਸਰਦਾਰ ਅਮਰਜੀਤ ਸਿੰਘ ਬਾਜਵਾ ਦੀਆਂ ਹਦਾਇਤਾਂ, ਸਰਦਾਰ ਹਰਿੰਦਰਪਾਲ ਸਿੰਘ ਪਰਮਾਰ SP ਅਤੇ ਪਰਮਜੀਤ ਸਿੰਘ DSP ਸਿਟੀ ਦੇ ਨਿਰਦੇਸ਼ਾਂ ਤਹਿਤ ਪੁਲਿਸ ਵੱਲੋਂ ਲੁੱਟਾਂ ਖੋਹਾਂ ਅਤੇ ਚੋਰੀਆਂ ਲਈ ਜ਼ਿੰਮੇਵਾਰ ਗਰੋਹਾਂ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਤਹਿਤ ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਮੋਗਾ ਦੀ ਅਗਵਾਈ ਵਿੱਚ ਸ਼ਹਿਰ ਅੰਦਰ ਗਸ਼ਤ ਵਧਾਈ ਗਈ ਅਤੇ ਵੱਖ ਵੱਖ ਥਾਵਾਂ 'ਤੇ ਨਾਕਾਬੰਦੀ ਕੀਤੀ ਗਈ ਹੈ। ਪਰਮਜੀਤ ਸਿੰਘ DSP ਸਿਟੀ ਨੇ ਅੱਜ ਥਾਣਾ ਸਿਟੀ ਮੋਗਾ ਵਿੱਚ ਵਿਸ਼ੇਸ਼ ਪੱਤਰਕਾਰ ਕਾਨਫਰੰਸ ਦੌਰਾਨ ਦੱਸਿਆ ਕਿ ਸ਼ਹਿਰ ਵਿੱਚ ਕੀਤੀ ਨਾਕਾਬੰਦੀ ਦੌਰਾਨ ਸਹਾਇਕ ਥਾਣੇਦਾਰ ਸਰਦਾਰ ਸੁਰਜੀਤ ਸਿੰਘ ਅਤੇ ਉਹਨਾਂ ਨਾਲ ਪੁਲਿਸ ਪਾਰਟੀ ਨੇ ਦੋਸਾਂਝ ਰੋਡ 'ਤੇ ਨਾਕਾਬੰਦੀ ਕਰਕੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜੋ ਬਿਨਾਂ ਨੰਬਰ ਮੋਟਰਸਾਈਕਲ 'ਤੇ ਸਵਾਰ ਸਨ। ਪੁੱਛਗਿੱਛ ਦੌਰਾਨ ਦੋਨਾਂ ਨੌਜਵਾਨਾਂ ਪਵਨਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਖੋਸਾ ਪਾਂਡੋ ਅਤੇ ਸਵਰਨ ਸਿੰਘ ਉਰਫ ਸੋਨੂ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਮੰਦਰ ਜ਼ਿਲ੍ਹਾ ਮੋਗਾ ਨੇ ਕਬੂਲ ਕੀਤਾ ਕਿ ਉਹਨਾਂ ਨੇ ਮੋਗਾ ਸ਼ਹਿਰ ਵਿੱਚੋਂ ਵੱਖ ਵੱਖ ਥਾਵਾਂ ਤੋਂ 7 ਮੋਟਰਸਾਈਕਲ ਚੋਰੀ ਕੀਤੇ ਨੇ। ਸਰ, ਪੁਲਿਸ ਦੁਆਰਾ ਮੋਗਾ ਮੈਂ ਮੋਟਰਸਾਈਕਲ ਚੋਰ ਪਕੜੇ, ਕਿੰਨੇ ਚੋਰ ਪਕੜੇ ਔਰ ਕਿੰਨੇ ਮੋਟਰਸਾਈਕਲ? ਅਸੀਂ ਇਸ ਮੋਟਰਸਾਈਕਲ ਚੋਰ ਗਰੋਹ ਦੇ ਜਿਹੜੇ ਦੋ ਮੈਂਬਰ ਫੜੇ ਨੇ, ਪਿਛਲੇ ਦਿਨਾਂ 'ਚ ਕਾਫੀ ਸ਼ਹਿਰ ਦੇ ਵਿੱਚ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਹੋਈਆਂ ਸੀ। ਉਹਦੇ ਵਿੱਚ ਜਿਹੜਾ ਸਾਡੇ ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਅਸੀਂ ਨਿਗਰਾਨੀ ਦੇ ਵਿੱਚ ਇੱਕ ਟੀਮ ਬਣਾਈ ਸੀ ਅਤੇ ਉਹਨੂੰ ਟੀਮ ਨੇ ਜਿਹੜਾ ਕੱਲ੍ਹ ਦੋ ਜਿਹੜੇ ਜਵਾਨ ਸੀਗੇ ਉਹਨਾਂ ਨੂੰ ਮੋਟਰਸਾਈਕਲ ਚੋਰੀ ਦੇ ਉੱਤੇ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਕੋਲ ਚੋਰੀ ਦਾ ਮੋਟਰਸਾਈਕਲ ਬਰਾਮਦ ਕਰਾਇਆ ਸੀ। ਉਸ ਤੋਂ ਬਾਅਦ ਵਿੱਚ ਉਹਨਾਂ ਦੇ ਕਬਜ਼ੇ ਦੇ ਵਿੱਚੋਂ ਹੋਰ ਜਿਹੜੇ 6 ਮੋਟਰਸਾਈਕਲ ਸੀਗੇ ਉਹ ਵੀ ਚੋਰੀ ਦੇ ਸੀ, ਜਿਹੜੇ ਸ਼ਹਿਰ 'ਚ ਚੋਰੀ ਕਰੇ ਹੋਈ ਬਰਾਮਦ ਕਰਾਏ ਨੇ ਅਤੇ ਟੋਟਲ 7 ਮੋਟਰਸਾਈਕਲ ਜਿਹੜੇ ਸੀ ਇਹ ਜਿਹੜੇ ਦੋ ਨੌਜਵਾਨ ਹੈਗੇ ਨੇ ਪਵਨਪ੍ਰੀਤ ਅਤੇ ਸਵਰਨ ਸਿੰਘ ਇਹਨਾਂ ਦੇ ਕਬਜ਼ੇ 'ਚ ਬਰਾਮਦ ਕਰਾਏ। ਕਿੱਥੇ ਰਹਿਣ ਵਾਲੇ? ਇਹ ਇੱਕ ਦਾ ਪਿੰਡ ਖੋਸਾ ਪਾਂਡੋ ਹੈ, ਦੂਜੇ ਦਾ ਪਿੰਡ ਮੰਦਰ ਹੈ। ਇਹ ਸ਼ਹਿਰ ਮੋਗਾ 'ਤੇ ਉਹਨਾਂ ਨੇ ਚੋਰੀ ਕੀਤੀ। ਉਹ ਅਸੀਂ ਜਾਂਚ ਕਰ ਰਹੇ ਹਾਂ, ਜਿਹੜੇ ਪਹਿਲਾਂ ਲਿਖੇ ਉਹ ਵੀ ਪਤਾ ਲੱਗੂ। ਅੱਗੇ ਇਹਨਾਂ ਨੇ ਇਕੱਠੇ ਕਰਕੇ ਰੱਖੇ ਸੀਗੇ, ਅੱਗੇ ਇਹਨਾਂ ਨੇ ਆਪਦੇ ਮਤਲਬ ਖਰਚੇ ਵਾਸਤੇ ਅੱਗੇ ਇਹਨਾਂ ਨੇ ਸਾਰੇ ਜਿਹੜੇ ਮੋਟਰਸਾਈਕਲ ਸੀਗੇ ਉਹ ਵੱਖ ਵੱਖ ਜਗ੍ਹਾ 'ਤੇ ਵੇਚਣਗੇ, ਉਹਨਾਂ ਨੇ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਲੈ ਕੇ ਆਵਾਂਗੇ ਸਾਰੀ ਗੱਲ। ਪੈਸੇ ਕਿੱਥੇ ਯੂਜ਼ ਕਰਦੇ ਸੀ ਮੋਟਰਸਾਈਕਲ ਵੇਚ ਕੇ? ਇਹ ਸਾਰਾ ਇਨਵੈਸਟੀਗੇਸ਼ਨ ਜਾਊਗਾ, ਹੁਣ ਰਿਮਾਂਡ ਲੈਣ ਜਾਂਦੇ ਇਹਨਾਂ ਨੂੰ। ਮੋਗਾ ਤੋਂ ਆਵਾਜ਼ੀ ਕੌਮ TV ਲਈ ਚਮਕੌਰ ਸਿੰਘ ਲੋਪੋ ਦੀ ਰਿਪੋਰਟ।